ਵੀਰ ਸਤਿ ਸ਼੍ਰੀ ਅਕਾਲ ਜੀ ਮੈਂ ਚਰਨਜੀਤ ਅੱਜ ਲੈ ਕੇ ਆਇਆ ਇੱਕ ਨਵੀਂ ਵੀਡੀਓ ਤੁਸੀਂ ਦੇਖ ਰਹੇ ਹੋ ਡੀਜ਼ਲ ਟੈਂਕੀ ਡਿਟੇਲ ਨਾਲ ਜਾਣਕਾਰੀ ਦਿੰਨੇ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਆਪਾਂ ਗੱਲ ਕਰਦੇ ਡੀਜ਼ਲ ਟੈਂਕੀ ਦੀ ਅੱਜ ਉਹ ਦਿਖਾਉਣਾ ਸਾਨੂੰ ਪ੍ਰੋਪਰ ਡਿਟੇਲ ਨਾਲ ਜਾਣਕਾਰੀ ਦਿੰਨੇ ਆ ਵੀਰੋ 2000 ਲੀਟਰ ਦਾ ਡੀਜ਼ਲ ਟੈਂਕ ਆ ਜੀ ਔਰ ਜਿਹੜੀ ਸ਼ੀਟ ਲੱਗੀ ਆ ਇਹਨੂੰ ਸਾਰੀ ਟਾਟਾ ਦੀ ਲੱਗੀ ਆ ਗਈ 12 ਗੇ ਦੀ ਸ਼ੀਟ ਲੱਗੀ ਆ ਜਿਹੜੇ ਟਾਇਰ ਲੱਗੇ ਹੋਏ ਨੇ ਇਹਦੇ 12-16 ਜਿਹੜਾ 12-16-5 ਦਾ ਟਾਇਰਾਂ ਦਾ ਸਾਈਜ਼ ਆ ਸੋਹਣੀ ਗੁੱਡੀ ਦੇ ਵਿੱਚ ਚੌੜੇ ਟਾਇਰ ਨੇ ਗੇ ਸੋਹਣੀ ਲੁੱਕ ਦਿੰਦੇ ਆ ਬਾਕੀ ਉੱਪਰ ਸਾਈਡ ਤੇ ਗ੍ਰਿਲ ਦਿੱਤੀ ਆ ਜੀ ਸੋਹਣੀ ਲੁੱਕ ਦਿੰਦੀ ਆ ਗਈ 5.5 ਦੀ ਹੈਚ ਲੱਗੀ ਆ ਗਈ ਵੀ ਸ਼ੇਪ ਦੇ ਵਿੱਚ ਲੱਗੀ ਆ ਤੁਸੀਂ ਮੱਛੀ ਸ਼ੇਪ 'ਚ ਬਣਾਉਣੀ ਆ ਲੰਬੀ ਤਾਂ ਉਹ ਤੁਹਾਡੀ ਚੋਇਸ ਆ ਕਿੱਦਾਂ ਦੀ ਬਣਾਉਣੀ ਆ ਗਈ ਇਹਦੀ ਉਹ ਜਿਹੜੀ ਸ਼ੇਪ ਆ ਗਈ ਆਂਡਾ ਸ਼ੇਪ ਆ ਗਈ ਤੁਸੀਂ ਰਾਊਂਡ 'ਚ ਤਿਆਰ ਕਰਾਉਣੀ ਆ ਕਿੱਦਾਂ ਦੀ ਵੀ ਕਰਾਉਣੀ ਆ ਤੁਹਾਡੀ ਚੋਇਸ ਆ ਗਈ ਸਭ ਤੋਂ ਮੇਨ ਚੀਜ਼ ਵੀਰੋ ਜਿਹੜਾ ਇਹਦਾ ਢੱਕਣ ਲੱਗਿਆ ਗਿਆ ਉਹ ਚਾਹੇ ਆਪਣੀ 1000 ਲੀਟਰ ਦੀ ਟੈਂਕ ਹੋਵੇ ਚਾਹੇ 4000 ਦਾ ਜਾਂ 5000 ਦਾ ਜਿੰਨਾ ਵੀ ਹੋਵੇ ਆਪਾਂ ਇਹਨੂੰ ਵੱਡਾ ਹੀ ਰੱਖਦੇ ਹਾਂ ਤਾਂ ਕਿ ਇੱਕ ਬੰਦਾ ਅੰਦਰ ਜਾ ਕੇ ਇਹਦੀ ਸਫਾਈ ਵਗੈਰਾ ਚੰਗੀ ਤਰ੍ਹਾਂ ਕਰ ਸਕੇ ਪ੍ਰੋਪਰ ਹੋ ਜਾਂਦੀ ਹੈਗੀ ਠੀਕ ਹੈ ਜੀ ਉੱਪਰ ਹਵਾ ਲਈ ਬਣਾਇਆ ਸਾਰਾ ਦਿੱਤਾ ਹੋਇਆ ਪੁਆਇੰਟ ਅਤੇ ਤੇਲ ਕੱਢਣ ਲਈ ਪੁਆਇੰਟ ਦਿੱਤਾ ਹੋਇਆ ਬਾਕੀ ਯੂਟਿਊਬ 'ਤੇ ਵੀਰੋ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਗਿਆਨੀ ਇੰਪਲੀਮੈਂਟ ਸਰਚ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤੁਸੀਂ ਆਪਣੇ ਸਕਰੀਨ 'ਤੇ ਚੱਲੇ ਨੰਬਰ 'ਤੇ ਕਾਲ ਕਰੀ ਸਾਰੀ ਜਾਣਕਾਰੀ ਲੈ ਸਕਦੇ ਹੋ ਵੀਰਾਂ ਦਾ ਸਰਨੇਮ ਸੀਗਾ ਧਾਲੀ ਵਾਲੇ ਵੀਰਾਂ ਨੇ ਲਿਖਾਉਣਾ ਸੀਗਾ ਇਹ ਆਪਾਂ ਪਲੇਟ ਦੇ ਵਿੱਚ ਕਟਿੰਗ ਲੇਜ਼ਰ ਕਟਿੰਗ ਦੇ ਵਿੱਚ ਪ੍ਰੋਪਰ ਸ਼ੀਟ ਦਾ ਹੀ ਲਾਇਆ ਗਾ ਇਹਨੇ ਖਰਾਬ ਨਹੀਂ ਹੋਣਾ ਇੱਦਾਂ ਹੀ ਰਹਿਣਾ ਔਰ ਸੋਹਣੀ ਲੁੱਕ ਵੀ ਦਿੰਦਾ ਗਾ ਡਿਲੀਵਰੀ ਲਈ ਰੈਡੀ ਸੀਗੀ ਅੱਜ ਜਾਣੀ ਸੀ ਟੈਂਕੀ ਥੋੜ੍ਹੀ ਇਹਦੀ ਮਿੱਟੀ ਕਰਕੇ ਹੋ ਗਈ ਸੀ ਸਫਾਈ ਕਰ ਰਹੇ ਸੀਗੇ ਇਹ ਇਹਨਾਂ ਦਾ ਪਿੰਡ ਆ ਵੀਰੋ ਮੋਗੇ ਸਾਈਡ ਲਹਾਰਾ ਪਿੰਡ ਆ ਸੋ ਲਹਾਰਾ ਫਾਰਮ ਕਰਕੇ ਇਹਨਾਂ ਦੀ ਫਾਰਮ ਆ ਵੀਰਾਂ ਦੀ ਉਹਨਾਂ ਨੇ ਲੇਜ਼ਰ ਕਟਿੰਗ ਦੇ ਵਿੱਚ ਹੀ ਲਿਖਾਇਆ ਆਪਾਂ ਸਾਈਡ 'ਤੇ ਦਿੱਤਾ ਗਾ ਪ੍ਰੋਪਰ ਆਪਾਂ ਟਰਾਲੀਆਂ 'ਤੇ ਵੀ ਦਿੰਦੇ ਹਾਂ ਇਹਦਾ ਔਰ ਬਾਕੀ ਵੀਰੋ ਇਹਦੇ ਫਰੰਟ 'ਤੇ ਆਪਾਂ ਸਟੈਂਡ ਦੋਨਾਂ ਸਾਈਡ ਹੀ ਦਿੱਤੇ ਹੋਏ ਨੇਗੇ ਤਾਂ ਕਿ ਤੁਸੀਂ ਜਦੋਂ ਡੀਜ਼ਲ ਦੀ ਭਰੀ ਵੀ ਟੈਂਕੀ ਆ ਵਜ਼ਨ ਹੁੰਦਾ ਗਾ ਉੱਦਾਂ ਵੀ ਟੈਂਕੀ ਦਾ ਵਜ਼ਨ ਹੁੰਦਾ ਗਾ ਫਿਰ ਖੜਾਉਣੀ ਆ ਤੁਸੀਂ ਅਗਲੇ ਸਟੈਂਡ 'ਤੇ ਪਿਛਲੇ ਦੋਵੇਂ ਸਟੈਂਡ ਲਾ ਕੇ ਇਹਨੂੰ ਖੜਾ ਸਕਦੇ ਹੋ ਔਰ ਪਿੱਛੇ ਦੇ ਇੱਕ ਤੁਸੀਂ ਦੇਖ ਸਕਦੇ ਹੋ ਪੌੜੀ ਦਿੱਤੀ ਹੈਗੀ ਸੋਹਣੀ ਲੁੱਕ ਵੀ ਦਿੰਦੀ ਹੈਗੀ ਗੋਲ ਸ਼ੇਪ ਦੇ ਵਿੱਚ ਆ ਪਹਿਲਾਂ ਆਪਾਂ ਚੌਰਸ ਲਾਉਂਦੇ ਸੀਗੇ ਇਹਨੂੰ ਜਾਣੀ ਕਿ ਇੰਪਰੂਵ ਕੀਤਾ ਆਪਾਂ ਸਾਈਡ 'ਤੇ ਬੈਕ ਸਾਈਡ 'ਤੇ ਵੀ ਪੁਆਇੰਟ ਦਿੱਤਾ ਗਾ ਉੱਦਾਂ ਤੁਸੀਂ ਖਾਲੀ ਕਰਨਾ ਟੈਂਕ ਅਤੇ ਇੱਧਰੋਂ ਤੇਲ ਵੀ ਕੱਢਣਾ ਉੱਦਾਂ ਤੁਹਾਡੀ ਚੋਇਸ ਆ ਗਈ ਔਰ ਸਭ ਤੋਂ ਮੇਨ ਚੀਜ਼ ਜਿਹੜੀ ਜ਼ਰੂਰੀ ਚੀਜ਼ ਆ ਵੀਰੋ ਮੈਂ ਗੱਲ ਕਰਦਾ ਗਾ ਟੈਂਕ ਦੇ ਜੋੜ ਦੀ ਜਿਹੜਾ ਆਪਾਂ ਢੱਕਣ ਲਾਉਂਦੇ ਹੈਗੇ ਤੁਸੀਂ ਇੱਥੋਂ ਦੇਖ ਸਕਦੇ ਹੋਗੇ ਇਹ ਪ੍ਰਾਂਤ ਬਣਾ ਕੇ ਢੱਕਣ ਦੀ ਉੱਪਰ ਲੜ ਮੋੜਿਆ ਹੋਇਆ ਬਾਹਰਲੀ ਸ਼ੀਟ ਦਾ ਇਹਨੂੰ ਅੰਦਰ ਵੀ ਲੇਅਰ ਲੱਗੀ ਹੈ ਸਾਰੀ ਪ੍ਰੋਪਰ ਔਰ ਬਾਹਰ ਵੀ ਵੈਲਡਿੰਗ ਹੋਈ ਆ ਸਾਰੀ ਨਹੀਂ ਮੋਸਟਲੀ ਕੀ ਹੁੰਦਾ ਜ਼ਿਆਦਾਤਰ ਫਰਮਾਂ ਨੇ ਟੱਕਰ ਲਾ ਕੇ ਹੀ ਵੈਲਡਿੰਗ ਕੀਤੀ ਜਾਂਦੀ ਆ ਅੰਦਰ ਉਹਦੇ ਵੈਲਡਿੰਗ ਵੀ ਨਹੀਂ ਹੁੰਦੀ ਲੀਕੇਜ ਦੀ ਪ੍ਰੋਬਲਮ ਰਹਿੰਦੀ ਆ ਹਮੇਸ਼ਾ ਇਹਦੇ ਵਿੱਚ ਲੀਕੇਜ ਦੀ ਕੋਈ ਵੀ ਚਾਂਸ ਨਹੀਂ ਰਹੂਗਾ ਲੌਂਗ ਟਾਈਮ ਕੋਈ ਪ੍ਰੋਬਲਮ ਨਹੀਂ ਆਊ ਲੀਕੇਜ ਦੀ ਇਹ 2000 ਦੀ ਕਪੈਸਿਟੀ ਆ ਜੀ ਤੁਸੀਂ 1000 ਦਾ ਬਣਾਉਣਾ 800 ਦਾ ਬਣਾਉਣਾ 1200 ਲੀਟਰ ਦਾ ਬਣਾਉਣਾ 4000 ਦਾ ਜਿੰਨਾ ਵੀ ਤੁਹਾਡੀ ਕੁਆਂਟਿਟੀ 'ਚ ਤੁਸੀਂ ਬਣਾਉਣਾ ਗਾ ਕਾਲ ਕਰਕੇ ਮੋਬਾਈਲ ਨੰਬਰ 'ਤੇ ਆਪਣਾ ਸਕਰੀਨ 'ਤੇ ਚੱਲ ਰਿਹਾ ਗਾ ਸਾਰੀ ਜਾਣਕਾਰੀ ਲੈ ਸਕਦੇ ਹੋ ਦੀ 2.5 ਇੰਚੀ ਇਹਦਾ ਠੋਸ ਹਿੱਸਾ ਲੱਗਿਆ ਹੋਇਆ ਹੈਵੀ ਬਾਕੀ ਤੁਹਾਡੀ ਰਿਕੁਆਇਰਮੈਂਟ ਆ ਗਈ ਜਿੱਦਾਂ ਦਾ ਵੀ ਤੁਸੀਂ ਲਵਾਉਣਾ ਟਾਇਰ ਵੀਰੋ ਤੁਸੀਂ ਐਕਸਟਰਾ ਵੀ ਤੁਹਾਡੀ ਚੋਇਸ ਆ ਜ਼ਿਆਦਾ ਮੋਸਟਰ ਪਾਉਣੇ ਆਗੇ ਉਹ ਤੁਹਾਡੀ ਚੋਇਸ ਆ ਗਈ ਕਿੱਦਾਂ ਦੇ ਪਾਉਣੇ ਆ ਜਾਂ ਕੋਈ ਆਪਣਾ ਟਾਇਰ ਹਿੱਸਾ ਦੇਣਾ ਉਹ ਵੀ ਤੁਹਾਡੀ ਚੋਇਸ ਆ ਤੁਸੀਂ ਆਪਣੀ ਚੋਇਸ ਨਾਲ ਪਵਾ ਸਕਦੇ ਹੋ ਜੀ ਕਿੱਦਾਂ ਦੀ ਲੱਗੀ ਟੈਂਕੀ ਵੀਰੋ ਕਿੱਦਾਂ ਦਾ ਲੱਗਦਾ ਆਪਣਾ ਕੰਮ ਤੁਹਾਨੂੰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਔਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੀ ਲੋਕੇਸ਼ਨ ਆ ਆਪਣੀ ਉਹ ਕਚਹਿਰੀ ਰੋਡ ਬਰਨਾਲਾ ਸ਼ਹਿਰ ਅੰਡਰ ਬ੍ਰਿਜ ਵਿਜ਼ਿਟ ਕਰਨਾ ਕਿਸੇ ਵੀਰ ਨੇ ਉਹ ਵਿਜ਼ਿਟ ਕਰ ਸਕਦੇ ਹੋ ਤੁਸੀਂ ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਲਦੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ